ਮਾਣਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਸ੍ਰੀ ਵਰਿੰਦਰ ਸਿੰਘ ਬਰਾੜ ਪੀਪੀਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਸਾਡਾ ਮਿਸ਼ਨ ਨਿਸ਼ਚੈ ਚੱਲ ਰਿਹਾ ਉਹਦਾ ਇੱਕ ਕੰਪੋਨੈਂਟ ਇਹ ਵੀ ਹੈ ਕਿ ਜਿਹੜੇ ਡਰੱਗ ਸਮਗਲਰਸ ਨੇ ਜਿਨ੍ਹਾਂ 'ਤੇ ਹੈਵੀ ਰਿਕਵਰੀ ਦੇ ਪਰਚੇ ਦਰਜ ਨੇ ਉਹਨਾਂ ਦੀ ਪ੍ਰੋਪਰਟੀ ਨੂੰ ਫਰੀਜ਼ ਕੀਤਾ ਜਾਵੇ, ਸੀਜ਼ ਕੀਤਾ ਜਾਵੇ। ਸੋ ਉਸੇ ਲੜੀ ਦੇ ਤਹਿਤ ਅੱਜ ਜਿਹੜਾ ਅਸੀਂ ਨਵੀਨ ਕੁਮਾਰ ਨਵੀਨੀਆ ਜਿਹੜਾ ਸੀਤੋਗੁਣ ਦਾ ਰਹਿਣ ਵਾਲਾ ਇਹਦੀ ਅਸੀਂ ਕੰਪੋਨੈਂਟ ਅਥਾਰਟੀ ਤੋਂ ਜਿਹੜੇ ਪ੍ਰੋਪਰਟੀ ਫਰੀਜ਼ ਕਰਨ ਦੇ ਆਰਡਰ ਲਏ ਨੇ। ਜਿਹੜੀ ਇਹ ਪ੍ਰੋਪਰਟੀ ਹੁਣ ਖਰੀਦੀ ਹੈ ਵੇਚੀ ਨਹੀਂ ਜਾ ਸਕਦੀ। ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਮਿਸ਼ਨ ਨਿਸ਼ਚੇ ਚੱਲ ਰਿਹਾ ਉਹਦਾ ਕੰਪੋਨੈਂਟ ਇਹ ਵੀ ਹੈ ਕਿ ਜਿਹੜੇ ਡਰੱਗ ਸਮਗਲਰਸ ਨੇ ਉਹਨਾਂ ਦੀ ਪ੍ਰੋਪਰਟੀ ਨੂੰ ਫਰੀਜ਼ ਕੀਤਾ ਜਾਵੇ। ਇਸੇ ਲੜੀ ਦੇ ਤਹਿਤ ਜਿਹੜਾ ਦੀਪਕ ਦੀਪੂ ਆ ਇਹਦੇ 'ਤੇ ਮਲਟੀਪਲ ਪਰਚੇ ਜਿਹੜੇ ਰਜਿਸਟਰ ਹੋਏ ਨੇ ਅਤੇ ਕੰਪੋਨੈਂਟ ਅਥਾਰਟੀ ਵੱਲੋਂ ਅਸੀਂ ਆਰਡਰਸ ਲਏ ਨੇ ਕਿ ਇਹ ਜਿਹੜੀ ਪ੍ਰੋਪਰਟੀ ਹੈ ਇਹ ਹੁਣ ਖਰੀਦੀ ਜਾਂ ਵੇਚੀ ਨਹੀਂ ਜਾ ਸਕਦੀ। ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਸ਼੍ਰੀ ਵਰਿੰਦਰ ਸਿੰਘ ਬਰਾੜ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ, ਜਿਹੜਾ ਮਿਸ਼ਨ ਮਿਸਟਰੀ ਸਾਡਾ ਚੱਲ ਰਿਹਾ ਉਹਦਾ ਇੱਕ ਕੰਪੋਨੈਂਟ ਸਾਡਾ ਹੈਗਾ ਕਿ ਜਿਹੜੇ ਡਰੱਗ ਸਮਗਲਰਸ ਨੇ ਉਹਨਾਂ ਦੀ ਪ੍ਰੋਪਰਟੀ ਨੂੰ ਸੀਜ਼ ਕੀਤਾ ਜਾਵੇ, ਫਰੀਜ਼ ਕੀਤਾ ਜਾਵੇ। ਸੋ ਇਸੇ ਲੜੀ ਦੇ ਤਹਿਤ ਅਸੀਂ ਅੱਜ 3 ਜਿਹੜੇ ਡਰੱਗ ਸਮਗਲਰਸ ਨੇ, ਦੀਪਕ ਦੀਪੂ ਇਹ ਰੈਜ਼ੀਡੈਂਟ ਹੈਗਾ ਇਹਦਾ ਮਹਿਰਾਣਾ, ਨਵੀਨ ਕੁਮਾਰ ਨਵੀਨੀਆ ਰੈਜ਼ੀਡੈਂਟ ਆਫ ਸੀਤੋਗੁਨੋ, ਲਵਪ੍ਰੀਤ ਕੰਬੋਜ ਰੈਜ਼ੀਡੈਂਟ ਆਫ ਜੱਟ ਵਾਲੀ ਪੀ ਐਸ ਸਦਰ ਫਾਜ਼ਿਲਕਾ। ਸੋ ਇਹਨਾਂ ਤਿੰਨਾਂ ਡਰੱਗ ਸਮਗਲਰਸ ਤੋਂ ਅਸੀਂ ਦੇ ਬਾਰੇ ਜਿਹੜੇ ਅਸੀਂ ਕੰਪੋਨੈਂਟ ਅਥਾਰਟੀ ਤੋਂ ਅਸੀਂ ਆਰਡਰਸ ਲਏ ਨੇ। ਇਹਨਾਂ ਦੀ ਪ੍ਰੋਪਰਟੀ ਕਰੀਬ 50 ਲੱਖ ਦੀ ਜਿਹੜੀ ਪ੍ਰੋਪਰਟੀ ਹੈ ਜਿਹੜੀ ਅਸੀਂ ਫਰੀਜ਼ ਕੀਤੀ ਹੈ। ਸੋ ਇਹ ਪ੍ਰੋਪਰਟੀ ਜਿਹੜੀ ਹੈਗੀ ਆ ਹੁਣ ਇਹ ਖਰੀਦੀ ਜਾਂ ਵੇਚੀ ਨਹੀਂ ਜਾ ਸਕਦੀ। ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਸ਼੍ਰੀ ਵਰਿੰਦਰ ਸਿੰਘ ਬਰਾੜ ਪੀਪੀਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਸਾਡਾ ਮਿਸ਼ਨ ਨਿਸ਼ਚੈ ਚੱਲ ਰਿਹਾ ਉਹਦਾ ਇੱਕ ਕੰਪੋਨੈਂਟ ਇਹ ਵੀ ਹੈ ਕਿ ਜਿਹੜੇ ਡਰੱਗ ਸਮਗਲਰਸ ਨੇ ਜਿਨ੍ਹਾਂ 'ਤੇ ਹੈਵੀ ਰਿਕਵਰੀ ਦੇ ਪਰਚੇ ਦਰਜ ਨੇ ਉਹਨਾਂ ਦੀ ਪ੍ਰੋਪਰਟੀ ਨੂੰ ਫਰੀਜ਼ ਕੀਤਾ ਜਾਵੇ, ਸੀਜ਼ ਕੀਤਾ ਜਾਵੇ। ਸੋ ਉਸੇ ਲੜੀ ਦੇ ਤਹਿਤ ਅੱਜ ਜਿਹੜਾ ਅਸੀਂ ਨਵੀਨ ਕੁਮਾਰ ਨਵੀਨੀਆ ਜਿਹੜਾ ਸੀਤੋਗੁਣ ਦਾ ਰਹਿਣ ਵਾਲਾ ਇਹਦੀ ਅਸੀਂ ਕੰਪੋਨੈਂਟ ਅਥਾਰਟੀ ਤੋਂ ਜਿਹੜੇ ਪ੍ਰੋਪਰਟੀ ਫਰੀਜ਼ ਕਰਨ ਦੇ ਆਰਡਰ ਲਏ ਨੇ। ਜਿਹੜੀ ਇਹ ਪ੍ਰੋਪਰਟੀ ਹੁਣ ਖਰੀਦੀ ਹੈ ਵੇਚੀ ਨਹੀਂ ਜਾ ਸਕਦੀ। ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਮਿਸ਼ਨ ਨਿਸ਼ਚੇ ਚੱਲ ਰਿਹਾ ਉਹਦਾ ਕੰਪੋਨੈਂਟ ਇਹ ਵੀ ਹੈ ਕਿ ਜਿਹੜੇ ਡਰੱਗ ਸਮਗਲਰਸ ਨੇ ਉਹਨਾਂ ਦੀ ਪ੍ਰੋਪਰਟੀ ਨੂੰ ਫਰੀਜ਼ ਕੀਤਾ ਜਾਵੇ। ਇਸੇ ਲੜੀ ਦੇ ਤਹਿਤ ਜਿਹੜਾ ਦੀਪਕ ਦੀਪੂ ਆ ਇਹਦੇ 'ਤੇ ਮਲਟੀਪਲ ਪਰਚੇ ਜਿਹੜੇ ਰਜਿਸਟਰ ਹੋਏ ਨੇ ਅਤੇ ਕੰਪੋਨੈਂਟ ਅਥਾਰਟੀ ਵੱਲੋਂ ਅਸੀਂ ਆਰਡਰਸ ਲਏ ਨੇ ਕਿ ਇਹ ਜਿਹੜੀ ਪ੍ਰੋਪਰਟੀ ਹੈ ਇਹ ਹੁਣ ਖਰੀਦੀ ਜਾਂ ਵੇਚੀ ਨਹੀਂ ਜਾ ਸਕਦੀ। ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਸ਼੍ਰੀ ਵਰਿੰਦਰ ਸਿੰਘ ਬਰਾੜ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ, ਜਿਹੜਾ ਮਿਸ਼ਨ ਮਿਸਟਰੀ ਸਾਡਾ ਚੱਲ ਰਿਹਾ ਉਹਦਾ ਇੱਕ ਕੰਪੋਨੈਂਟ ਸਾਡਾ ਹੈਗਾ ਕਿ ਜਿਹੜੇ ਡਰੱਗ ਸਮਗਲਰਸ ਨੇ ਉਹਨਾਂ ਦੀ ਪ੍ਰੋਪਰਟੀ ਨੂੰ ਸੀਜ਼ ਕੀਤਾ ਜਾਵੇ, ਫਰੀਜ਼ ਕੀਤਾ ਜਾਵੇ। ਸੋ ਇਸੇ ਲੜੀ ਦੇ ਤਹਿਤ ਅਸੀਂ ਅੱਜ 3 ਜਿਹੜੇ ਡਰੱਗ ਸਮਗਲਰਸ ਨੇ, ਦੀਪਕ ਦੀਪੂ ਇਹ ਰੈਜ਼ੀਡੈਂਟ ਹੈਗਾ ਇਹਦਾ ਮਹਿਰਾਣਾ, ਨਵੀਨ ਕੁਮਾਰ ਨਵੀਨੀਆ ਰੈਜ਼ੀਡੈਂਟ ਆਫ ਸੀਤੋਗੁਨੋ, ਲਵਪ੍ਰੀਤ ਕੰਬੋਜ ਰੈਜ਼ੀਡੈਂਟ ਆਫ ਜੱਟ ਵਾਲੀ ਪੀ ਐਸ ਸਦਰ ਫਾਜ਼ਿਲਕਾ। ਸੋ ਇਹਨਾਂ ਤਿੰਨਾਂ ਡਰੱਗ ਸਮਗਲਰਸ ਤੋਂ ਅਸੀਂ ਦੇ ਬਾਰੇ ਜਿਹੜੇ ਅਸੀਂ ਕੰਪੋਨੈਂਟ ਅਥਾਰਟੀ ਤੋਂ ਅਸੀਂ ਆਰਡਰਸ ਲਏ ਨੇ। ਇਹਨਾਂ ਦੀ ਪ੍ਰੋਪਰਟੀ ਕਰੀਬ 50 ਲੱਖ ਦੀ ਜਿਹੜੀ ਪ੍ਰੋਪਰਟੀ ਹੈ ਜਿਹੜੀ ਅਸੀਂ ਫਰੀਜ਼ ਕੀਤੀ ਹੈ। ਸੋ ਇਹ ਪ੍ਰੋਪਰਟੀ ਜਿਹੜੀ ਹੈਗੀ ਹੁਣ ਇਹ ਖਰੀਦੀ ਜਾਂ ਵੇਚੀ ਨਹੀਂ ਜਾ ਸਕਦੀ।